ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਦਰਸ਼ਕਾਂ ਦਾ ਅੱਜ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ ਸੀਜ਼ਨ 11 ਦੇ 7ਵੇਂ ਪ੍ਰੀਲਿਮਨਰੀ ਰਾਊਂਡ ਵਿੱਚ ਹਾਰਦਿਕ ਸਵਾਗਤ ਹੈ। ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਨੇ ਦੇਖਿਆ ਕਿ ਪਿਛਲੇ 6 ਐਪੀਸੋਡਸ ਦੇ ਵਿੱਚ ਲਗਾਤਾਰ 2 ਟੀਮਾਂ ਜਿਹੜੀਆਂ ਹਨ ਸਕੂਲਸ ਤੋਂ ਆਈਆਂ ਹੋਈਆਂ, ਉਹਨਾਂ ਨੇ ਆਪਸ ਵਿੱਚ ਕੰਪੀਟ ਕੀਤਾ ਔਰ 6 ਟੀਮਾਂ ਜਿਹੜੀਆਂ ਹਨ ਉਹ ਕੁਆਟਰ ਫਾਈਨਲਸ ਵਿੱਚ ਪ੍ਰੋਸੀਡ ਕਰ ਗਈਆਂ ਹਨ। ਅੱਜ 7th ਪ੍ਰੀਲਿਮਨਰੀ ਰਾਊਂਡ ਵਿੱਚ ਫਿਰ 2 ਟੀਮਾਂ ਹਾਜ਼ਰ ਹਨ, ਅਸੀਂ ਉਹਨਾਂ ਨੂੰ ਇਨਵਾਈਟ ਕਰਨ ਜਾ ਰਹੇ ਹਾਂ। ਇਨਵਾਈਟ ਕਰਨ ਤੋਂ ਪਹਿਲਾਂ ਆਪਣੇ ਸਾਰੇ ਦਰਸ਼ਕਾਂ ਨਾਲ ਇੱਕ ਬੜੀ ਜ਼ਰੂਰੀ ਗੱਲ ਸਾਂਝੀ ਕਰਨੀ ਹੈ। ਅਸੀਂ ਸਾਰੇ ਸੋਧਰ ਦੀ ਬਾਣੀ ਪੜ੍ਹਦੇ ਹਾਂ ਅਤੇ ਸੋਧਰ ਦੀ ਪੌੜੀ ਦੇ ਅਖੀਰ 'ਤੇ ਜਿਹੜੀ ਲਾਈਨ ਆਉਂਦੀ ਹੈ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਇਸ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਹੈ, ਸੋਈ ਸੋਈ ਉਹਦੇ ਵਾਸਤੇ ਆਇਆ ਹੈ, ਸਦਾ ਸੱਚ ਕਿ ਹੀ ਇਜ਼ ਐਟਰਨਲੀ ਟਰੁੱਥ, ਸਦਾ ਸੱਚ, ਸਾਹਿਬ ਸਾਚਾ ਉਹ ਸਾਚਾ ਸਾਹਿਬ ਹੈ, ਸਾਚੀ ਨਾਈ ਔਰ ਉਹਦੀ ਜਿਹੜੀ ਸਿਫਤ ਹੈ, ਉਹਦੇ ਜਿਹੜੇ ਗੁਣ ਹਨ ਉਹ ਵੀ ਸੱਚੇ ਹਨ, ਸਦੀਵੀ ਹਨ। ਉਹਨਾਂ ਗੁਣਾਂ ਨੂੰ ਅਪਣਾਉਣ ਲਈ ਸਾਰੀ ਮਨੁੱਖਤਾ ਨੂੰ ਗੁਰੂ ਪਾਤਸ਼ਾਹ ਨੇ ਸੰਦੇਸ਼ ਦਿੱਤਾ ਹੈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਇਹ ਜਿਹੜਾ ਇਟਰਨਲ ਟਰੁੱਥ ਹੈ ਇਹ ਆਲ ਟਾਈਮਸ ਵਿੱਚ ਸੱਚ ਰਹੇਗਾ। ਇਹ ਜਿਹੜੇ ਗੁਣ ਹਨ ਕਿਸੇ ਵੀ ਸਮੇਂ ਕਿਸੇ ਵੀ ਕਾਲ ਦੇ ਵਿੱਚ ਮਨੁੱਖ ਜੇ ਅਪਣਾਏਗਾ ਤਾਂ ਉਹ ਜ਼ਰੂਰ ਐਲੀਵੇਟ ਹੋਏਗਾ, ਆਪਣੇ ਜੀਵਨ ਨੂੰ ਉੱਚਿਆਂ ਚੁੱਕ ਸਕਦਾ ਹੈ, ਆਪਣੇ ਜੀਵਨ ਵਿੱਚ ਖੁਸ਼ਹਾਲ ਹੋ ਸਕਦਾ ਹੈ, ਹੈਪੀਨੈਸ ਉਹਦੇ ਜੀਵਨ ਵਿੱਚ ਆ ਸਕਦੀ ਹੈ। ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਵੀ ਜਿਸ ਅਕਾਲ ਪੁਰਖ ਨੇ ਇਹ ਰਚਨਾ ਰਚਾਈ ਹੈ ਉਹ ਹਮੇਸ਼ਾ ਹਮੇਸ਼ਾ ਲਈ ਸਥਿਰ ਹੈ। ਇੱਥੇ ਇੱਕ ਗੱਲ ਵਿਚਾਰ ਅਸੀਂ ਕੀਤੀ, ਇੱਥੇ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ ਕਿ ਸਾਡੇ ਬੜੇ ਸਤਿਕਾਰਯੋਗ ਰਾਗੀ ਸਾਹਿਬਾਨ ਜਿਹੜੇ ਇਸ ਦਾ ਗਾਇਨ ਕਰਦੇ ਹਨ ਉਹ ਇਸ ਨੂੰ ਪੜ੍ਹਨੇ ਵੇਲੇ ਸ਼ਾਇਦ ਧਿਆਨ ਨਹੀਂ ਦਿੰਦੇ। ਉਹ ਇਸ ਨੂੰ ਲਗਾਤਾਰ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ, ਇਹ ਜਿਹੜਾ ਵਿਸ਼ਰਾਮ ਹੈ ਸੱਚ 'ਤੇ, ਇਹ ਦੇਣ ਨਾਲ ਮੀਨਿੰਗ ਕਲੀਅਰ ਹੁੰਦੇ ਹਨ। ਇਸੀ ਕਰਕੇ ਗੁਰਬਾਣੀ ਵਿੱਚ ਆਏ ਵਿਸ਼ਰਾਮਾਂ ਨੂੰ ਜਿੱਥੇ ਪੌਜ਼ ਦੇਣਾ ਹੈ, ਜੇ ਉੱਥੇ ਨਾ ਦਿੱਤਾ ਜਾਏ ਤਾਂ ਵਿਚਾਰ ਜਿਹੜੇ ਹਨ ਗੁਰਬਾਣੀ ਦੇ ਕਲੀਅਰ ਨਹੀਂ ਹੁੰਦੇ। ਬਸ ਅੱਜ ਇਤਨੀ ਹੀ ਬੇਨਤੀ ਕਰਨੀ ਸੀ, ਇਹ ਇਸ਼ਾਰੇ ਮਾਤਰ ਹੈ। ਇਸ ਤਰ੍ਹਾਂ ਹੀ ਬਾਣੀ ਦੇ ਵਿੱਚ ਜਿੱਥੇ ਜਿੱਥੇ ਪੌਜ਼ ਆਉਣਾ ਹੈ, ਰੁਕਣਾ ਹੈਗਾ, ਉਸ ਦਾ ਧਿਆਨ ਦਈਏ ਤਾਂ ਅਰਥ ਜਿਹੜੇ ਹਨ ਉਹ ਸਹਿਜੇ ਹੀ ਕਲੀਅਰ ਹੋ ਜਾਂਦੇ ਹਨ। ਸੋ ਅਸੀਂ ਇਸ ਸੰਦੇਸ਼ ਦੇ ਨਾਲ ਗੁਰਬਾਣੀ ਦੇ ਵਿੱਚੋਂ ਆਪਣੀਆਂ ਦੋਨੋਂ ਟੀਮਾਂ ਨੂੰ ਇਨਵਾਈਟ ਕਰ ਰਹੇ ਹਾਂ। ਮਾਤਾ ਜੈ ਕੌਰ ਪਬਲਿਕ ਸਕੂਲ ਅਸ਼ੋਕ ਵਿਹਾਰ ਤੋਂ ਜਿਹੜੀ ਟੀਮ ਆਈ ਹੈ, ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ। ਦੂਸਰੀ ਟੀਮ ਗੁਰਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ। ਆਪ ਜੀ ਦੇ ਨਾਲ ਇਹ ਕੰਪੀਟੀਸ਼ਨ ਆਰੰਭ ਕਰਨ ਤੋਂ ਪਹਿਲੇ ਜਿਹੜੇ ਕੰਪੀਟੀਸ਼ਨ ਦੇ ਰੂਲਸ ਹਨ ਉਹ ਸ਼ਾਰਟ ਵਿੱਚ ਔਰ ਆਪਣੇ ਦਰਸ਼ਕਾਂ ਲਈ ਵੀ ਇੱਕ ਵਾਰੀ ਜ਼ਰੂਰ ਸ਼ੇਅਰ ਕਰਾਂਗੇ ਕਿ ਈਚ ਫੁੱਲੀ ਕਰੈਕਟ ਆਨਸਰ ਵੁੱਡ ਫੈਚ 10 ਪੁਆਇੰਟਸ, 10 ਨੰਬਰ ਮਿਲਣਗੇ ਹਰ ਠੀਕ ਆਨਸਰ ਦੇ। ਬੋਨਸ ਪੁਆਇੰਟਸ ਹੋਣਗੇ ਜਦੋਂ ਵੀ ਪਾਸ ਹੋਏਗਾ, ਕਿਸੇ ਟੀਮ ਨੂੰ ਕੋਈ ਆਨਸਰ ਨਹੀਂ ਆਉਂਦਾ ਹੋਏਗਾ, ਪਾਸ ਹੋਏਗਾ ਕੁਐਸਚਨ ਤਾਂ ਯੂ ਵਿਲ ਗੈਟ ਬੋਨਸ ਮਾਰਕਸ।
60 सेकंड्स का टाइम है जी, और साड़ी रिक्वेस्ट है कि तुसी आपस में दोनों टीम मेंबर्स डिस्कस करके कोई भी जवाब दो ताकि ठीक जवाब दे सको, और द डिसीजन ऑफ जजेस वुड बी फाइनल। एक लाइफ लाइन एक्सपर्ट एडवाइस दी तुहाडे कोल हर वेले होएगी, ओ तुसी जिस वेले भी किसी क्वेश्चन ते रुक जाओ तो तुहानू एक्सपर्ट एडवाइस डिमांड करके तुसी क्वेश्चन विच अगे प्रोसीड कर सकते हो, एक्सपर्ट असी प्रोवाइड करांगे। पर अगर गेम दे एंड ते टाई हो जांदी है, दोनों दे इक्वल मार्क्स आते हैं, तो जिस टीम ने एक्सपर्ट एडवाइस नहीं ली होएगी वो अगे प्रोसीड कर जाएगा, मीनस क्वार्टर फाइनल चला जाएगा। इफ बोथ टीम्स हैव 50 मार्क्स और एक टीम ने एक्सपर्ट एडवाइस ली है एक ने नहीं ली, जिसने नहीं ली होएगी वो क्वार्टर फाइनल लिए सिलेक्ट हो जाएगा। सो आप जी ने ध्यान देना है कि एक खास एक रूल कि दिस गुरमत क्विज इज नॉट टू फाइंड एनी विनर्स बट टू मेक एवरी वन ए विनर। तुसी नॉलेज गेन करके आप ही विनर बन जाओगे। सो असी जे तुसी कंफर्टेबल हो तो वी कैन स्टार्ट द क्विज। ठीक जी, सो पहला क्वेश्चन माता जय कौर पब्लिक स्कूल अशोक विहार की गुरबाणी दे विचों एक क्वेश्चन है, श्री गुरु ग्रंथ साहिब जी विच शब्दों की किस तुक विच उस शब्द का केंद्रीय भाव आता है, केड़ी तुक विच सेंट्रल आइडिया होता है, इन विच लाइन ऑफ ए शब्द इन श्री गुरु ग्रंथ साहिब जी लाइज द सेंट्रल आइडिया ऑफ द शब्द। रहाओ 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 की तुक विच आप जी कहना चाहते हो कि सेंट्रल आइडिया होता है शब्द का। बिल्कुल ठीक जवाब आ गया जी, फुल 10 मार्क्स फॉर माता जयकोट पब्लिक स्कूल। द लाइन दैट कंटेन्स रहाओ, उस तुक जिस विच रहाओ होवे उदे विच सेंट्रल आइडिया होता है। बिल्कुल ठीक जी, असी प्रोसीड करते हाँ गुरु तेग बहादुर खालसा स्कूल वाल देवनगर तो जड़े आए। सो इन हूँ डायरेक्ट क्वेश्चन है जी, जपजी साहब विच आए शब्द गुणवंत्या तो की भाव है, वट इज़ द मीनिंग ऑफ गुणवंत्या एज इट अपीयर्स इन जपजी साहब। गुणवंत्या आंदा आप जी नूं, जिदे अंदर हर गुण हो, हर एक गुण हो, जिदे अंदर हर एक गुण हो, हर एक गुण हो, गुण बनते हैं हर एक गुण हो। बिल्कुल ठीक जवाब है जी, जिस दे विच जिस हिरदे घर दे विच द परसन हैविंग वर्चूज गुणा नाल भरपूर इंसान। एंड नाउ वी मूव टू माता जयकौर पब्लिक स्कूल अशोक प्या। गुरु नानक साहिब जी का 550वां प्रकाश पुरब केड़े साल आ रहा है, प्रकाश पुरब विच ईयर इज 2019। फाइनल आंसर, नो डाउट्स, ओके, फुल 10 मार्क्स फॉर माता जयकौर पब्लिक स्कूल। 550वां प्रकाश पुरब जिहड़ा है गुरु नानक साहब का वो 2019 विच आ रहा है। सो असी प्रोसीड करते हैं गुरु तेग बहादुर खालसा स्कूल लई देवनगर, इन्हां लई अगला क्वेश्चन, पंजाबी यूनिवर्सिटी पटियाला दे नवें कुलपति कौन थापे गए हैं, हु इज अपॉइंटेड एज न्यू VC वाइस चांसलर ऑफ पंजाबी यूनिवर्सिटी। डॉक्टर कुसुमजीत कौर, डॉक्टर कुसुमजीत को, बिल्कुल ठीक जवाब है जी, फुल 10 मार्क्स फॉर गुरतेग बहादुर खालसा स्कूल देवनगर, डॉक्टर कुसुमजीत कौर। और साढ़े वास्ते अगला क्वेश्चन हूँ जड़ा है माता जयकौर पब्लिक स्कूल लई दे रहे हैं, उन्हां तीन मुख सिख जरनैलों के नाँ दसो जिन्हों ने 1783 विच दिल्ली का लाल किला फतेह करन तो बाद निशान साहब चलाया सी। Which three Sikh warriors conquered Delhi and furled Nishan Sahib on Red Fort in 1783? Sardar Jassa Singh Ahluwalia, Sardar Jassa Singh Ramgadia. And who is the third one?
ਜਾਂ ਤੁਸੀਂ ਇਹਨਾਂ ਨੂੰ ਪਾਸ ਕਰਨਾ ਚਾਹੁੰਦੇ ਹੋ ਕਿ ਥਰਡ ਵਨ ਦਾ ਆਨਸਰ ਇਹ ਦੇਣ, ਯਾਦ ਹੈ? ਤੁਸੀਂ ਤਿਆਰੀ ਰੱਖੋ, ਤੁਹਾਡੇ ਕੋਲ ਪਾਸ ਹੋ ਸਕਦਾ, ਨਹੀਂ ਆਉਂਦਾ ਜੀ। ਸੋ ਅਸੀਂ ਬੋਨਸ ਮਾਰਕਸ ਲਈ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਕੋਲ ਪਾਸ ਕਰਾਂਗੇ, ਇਹਨਾਂ ਦੇ ਨੰਬਰ ਵੀ ਅਸੀਂ ਦੇਵਾਂਗੇ। ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਲੂਵਾਲੇ ਔਰ ਬਾਬਾ ਬਘੇਲ ਸਿੰਘ ਜੀ। ਬਾਬਾ ਬਘੇਲ ਸਿੰਘ ਜੀ। ਸੋ ਦੋ ਆਨਸਰ ਇਹਨਾਂ ਦੇ ਠੀਕ ਸਨ। ਵੀ ਕੈਨ ਗ੍ਰਾਂਟ 6 ਮਾਰਕਸ ਟੂ ਦਿਸ ਟੀਮ ਐਂਡ 2 ਬੋਨਸ ਮਾਰਕਸ ਟੂ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ। ਨੋ ਡਾਇਰੈਕਟ ਕੁਐਸਚਨ ਫਾਰ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ। ਸਰਦਾਰ ਹਰੀ ਸਿੰਘ ਨਲੂਆ ਕਦੋਂ ਸ਼ਹੀਦ ਹੋਏ? ਵੈਨ ਵਾਸ ਹਰੀ ਸਿੰਘ ਨਲੂਆ ਮਾਰਟੀਅਰ? ਸਰਦਾਰ ਹਰੀ ਸਿੰਘ ਨਲੂਆ ਜੀ ਕਦੋਂ ਸ਼ਹੀਦ ਹੋਏ? ਪੜ੍ਹਿਆ ਆਪ ਜੀ ਨੇ ਕਿਧਰੇ ਪੜ੍ਹਿਆ? ਗੁੱਡ, ਤਿਆਰੀ ਹੈ, ਥੋੜ੍ਹੀ ਜਿਹੀ ਯਾਦਾਸ਼ਤ 'ਤੇ ਜ਼ੋਰ ਪਾਉਣਾ ਪੈਣਾ। ਯੂ ਹੈਵ ਟੂ ਕਲੈਕਟ ਯੂਅਰ ਰੀਕਲੈਕਟ ਯੂਅਰ ਮੈਮਰੀਜ਼। ਪਾਸ ਕਰ ਦਿੰਦੇ ਸ਼ੋ, ਸਰੈਂਡਰ ਕਰ ਦਿੱਤਾ। ਓਕੇ, ਹਾਂਜੀ, ਆਪ ਜੀ ਕੋਲ ਕੋਈ ਜਵਾਬ? 1837। 1837 ਇਜ਼ ਦ ਕਰੈਕਟ ਆਨਸਰ। 5 ਬੋਨਸ ਮਾਰਕਸ ਫੋਰ ਮਾਤਾ ਜੈ ਕੌਰ ਪਬਲਿਕ ਸਕੂਲ, 30th April 1837 ਇਨ ਜਮਰੋਦ। ਸੋ ਅਸੀਂ ਇੱਥੇ ਜਾਣਨਾ ਚਾਹਾਂਗੇ ਕਿ ਦੋਨੋਂ ਟੀਮਸ ਨੇ ਇਸ ਮੌਕੇ ਤੱਕ ਕੀ ਸਕੋਰ ਕੀਤੇ ਹਨ। ਮਾਤਾ ਜੈ ਕੌਰ ਪਬਲਿਕ ਸਕੂਲ ਇਸ ਪਲੇਇੰਗ ਆਨ 31 ਸਕੋਰ ਐਂਡ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਇਸ ਪਲੇਇੰਗ ਆਨ 22 ਸਕੋਰਸ। ਇਹ ਵੈਰੀ ਕਲੋਜ ਫਾਈਟ। ਮੈਂ ਉਮੀਦ ਕਰਾਂਗਾ ਕਿ ਅਗਲੇ ਆਉਣ ਵਾਲੇ ਕੁਐਸਚਨਸ ਦੇ ਵਿੱਚ ਆਪ ਜੀ ਦੋਨੋਂ ਟੀਮਾਂ ਬਹੁਤ ਅੱਛਾ ਪਰਫੋਰਮ ਕਰੋਗੇ ਔਰ ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਥੇ ਇੱਕ ਬ੍ਰੇਕ ਲਈ ਇਜਾਜ਼ਤ ਲਵਾਂਗੇ। ਬ੍ਰੇਕ 'ਤੇ ਜਾਣ ਤੋਂ ਪਹਿਲੇ ਮੈਂ ਆਪਣੇ ਵਿਊਅਰਸ ਨੂੰ ਦੱਸ ਦਿਆਂ ਕਿ ਬ੍ਰੇਕ ਦੇ ਵਿੱਚ ਇੱਕ ਆਡੀਅੰਸ ਕੁਐਸਚਨ ਆ ਰਿਹਾ ਹੈ। ਆਪ ਜੀ ਨੇ ਇਹਦੇ ਜਵਾਬ ਵਟਸਐਪ ਜਾਂ ਈਮੇਲ ਰਾਹੀਂ ਸਾਨੂੰ ਭੇਜਣੇ ਹਨ। ਪਹਿਲੇ 15 ਜਵਾਬ, ਠੀਕ ਜਵਾਬ ਦੇਣ ਵਾਲਿਆਂ ਦੇ ਫੋਟੋ ਵਿਦ ਸਿਟੀ ਨੇਮ ਐਂਡ ਦੇਅਰ ਨੇਮ ਵਿਲ ਬੀ ਸ਼ੋਨ ਇਨ ਦਾ ਨੈਕਸਟ ਐਪੀਸੋਡ। ਅਗਲੇ ਹਫ਼ਤੇ ਦੇ ਐਪੀਸੋਡ ਵਿੱਚ 15 ਵਿਨਰਸ ਦੀ ਜਿਹੜੀ ਫੋਟੋ ਹੈ ਉਹਨਾਂ ਦੇ ਸਿਟੀ ਨੇਮ ਦੇ ਨਾਲ ਔਰ ਨੇਮ ਦੇ ਨਾਲ ਦਿਖਾਈ ਜਾਏਗੀ। ਸੋ ਆਪ ਜੀ ਨੇ ਕਿਧਰੇ ਨਹੀਂ ਜਾਣਾ, ਬ੍ਰੇਕ ਦੇ ਵਿੱਚ ਆਡੀਅੰਸ ਕੁਐਸਚਨ ਲਈ ਅਲਰਟ ਰਹਿਣਾ ਹੈ ਔਰ ਆਡੀਅੰਸ ਕੁਐਸਚਨ ਦਾ ਜਵਾਬ ਦੇਣਾ ਹੈ। ਅਸੀਂ ਬੜੀ ਛੇਤੀ ਹੀ ਆਪ ਜੀ ਦੇ ਫਿਰ ਸਨਮੁਖ ਹੁੰਦੇ ਹਾਂ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ, ਯੂ ਕੈਨ ਰਿਲਾਈ ਅਪੌਨ ਸਿਮਕੋ। ये क्या सुना रहा है सर? आप लोग मैच खेलने जा रहे हैं ना, इसने कामयाबी की घंटी सुनाई। नया पॉकेट सर्फर ₹1999 से शुरू एंड्रॉइड स्मार्टफोन के साथ एक साल का इंटरनेट फ्री। When it's about style, it's Simcoe. Simcoe Swift Power Hair Spray in Mega Strong, System Professional and Ultra Strong. Simcoe Swift Power Hair Spray. Style begins with it. अब आ गई रिंग कटर ट्यूब, बिल्कुल नया फॉर्मूला, और भी बेहतर असर, दांत खाज खुजली का अंत अब तुरंत। रिंग कटर ट्यूब जो तुरंत करे असर, दांत खाज खुजली का जड़ से करे नाश। जैक्सन पाल का रिंग कटर। ਅੱਜ ਦਾ ਆਡੀਅੰਸ ਕੁਐਸਚਨ ਹੈ, ਨੇਮ ਦੀ ਓਨਲੀ ਗੋਲਕ ਫਰੀ ਗੁਰਦੁਆਰਾ ਇਨ ਦੀ ਵਰਲਡ।
संसार भर के विच गोलक तो रहित गुरद्वारा साहब का नाम दसो जी। आप जी अपने जवाब स्क्रीन ते फ्लैश किए प्रोसीजर अनुसार भेज सकते हो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿੱਚ। ਸੋ ਇਹ ਪ੍ਰਤੀਯੋਗਤਾ ਨੂੰ ਅੱਗੇ ਤੋਰਦਿਆਂ ਹੋਇਆਂ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਨੂੰ ਸਟੇਟਮੈਂਟ ਦਿਖਾਈ ਜਾਏਗੀ ਵਾਰੀ ਵਾਰੀ, ਔਰ ਆਪ ਜੀ ਨੇ ਦੱਸਣਾ ਹੈ ਕਿ ਉਹ ਸਟੇਟਮੈਂਟ ਗਲਤ ਹੈ ਕਿ ਠੀਕ ਹੈ, ਯਾਨੀ ਫਾਲਸ ਜਾਂ ਟਰੂ, ਸੱਚ ਹੈ ਕਿ ਝੂਠ ਹੈ, ਗਲਤ ਹੈ। ਆਪ ਦੋਨਾਂ ਨੇ ਧਿਆਨ ਰੱਖਣਾ, ਔਰ ਇਹ ਕੁਐਸਚਨ ਜਿਹੜਾ ਹੈ ਬੜੇ ਤਿਆਰ ਨਾਲ ਪੜ੍ਹਨ ਤੋਂ ਬਾਅਦ ਜਵਾਬ ਦੇਣਾ ਹੈ। ਦ ਡਾਇਰੈਕਟ ਕੁਐਸਚਨ ਟੂ ਮਾਤਾ ਜੈਕ ਔਰ ਪਬਲਿਕ ਸਕੂਲ ਅਸ਼ੋਕ ਵਿਹਾਰ। ਗੁਰਮਤਿ ਕਿਸੇ ਵੀ ਤਰ੍ਹਾਂ ਦੇ ਅੰਧ ਵਿਸ਼ਵਾਸ ਨੂੰ ਨਹੀਂ ਮੰਨਦੀ, ਸਹੀ ਕਿ ਗਲਤ। ਦਸ ਗੁਰਮਤਿ ਡਸ ਨੋਟ ਐਕਸੈਪਟ ਦੀ ਪ੍ਰੈਜੈਂਸ ਆਫ ਸੁਪਰਸਟੀਸ਼ਨ। ਟਰੂ। 10 ਫੁੱਲ ਮਾਰਕਸ ਟੂ ਯੂ, ਬਿਲਕੁਲ ਠੀਕ। ਅਗਲੀ ਸਟੇਟਮੈਂਟ ਗੁਰੂ ਤੇਗ ਬਹਾਦੁਰ ਖਾਲਸਾ ਸਕੂਲ ਦੇਵਨਗਰ ਵਾਸਤੇ। ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਕੁੜੀ ਦਾ ਆਨੰਦ ਕਾਰਜ ਸਿੱਖ ਮੁੰਡੇ ਨਾਲ ਹੀ ਹੋਣਾ ਚਾਹੀਦਾ ਹੈ। ਅਕੋਰਡਿੰਗ ਟੂ ਸਿੱਖ ਕੋਡ ਆਫ ਕੰਡਕਟ, ਏ ਸਿੱਖ ਵੂਮੈਨ ਸ਼ੁੱਡ ਮੈਰੀ ਏ ਸਿੱਖ ਮੈਨ ਓਨਲੀ। ਟਰੂ ਔਰ ਫਾਲਸ? ਟਰੂ। ਫੁੱਲ 10 ਮਾਰਕਸ ਟੂ ਯੂ, ਬਿਲਕੁਲ ਸਹੀ। ਹੁਣ ਅਗਲੇ ਪ੍ਰਸ਼ਨ ਆ ਰਿਹਾ ਡਾਇਰੈਕਟ ਕੁਐਸਚਨ ਮਾਤਾ ਜੈਕ ਔਰ ਪਬਲਿਕ ਸਕੂਲ ਵਾਸਤੇ। ਆਈਡੈਂਟੀਫਾਈ ਦੀ ਬਾਣੀ, ਆਪਣੇ ਬਾਣੀ ਦੀ ਪਹਿਚਾਣ ਕਰਨੀ ਹੈ। ਆਕਤ ਹਰ ਰਸ ਸਾਧਨਾ ਜਾਣਿਆ ਤੈਨੇ ਅੰਤਰ ਹਉਮੈ ਕੰਡਾਹੇ, ਜਿਉਂ ਜਿਉਂ ਚੱਲ ਹੈ ਚੁਬੈ ਦੁੱਖ ਪਾਵਹਿ, ਜਮ ਕਾਲ ਸਹ ਹੈ ਸਿਰ ਡੰਡਾਹੇ। ਟਾਈਮ ਸ਼ੁਰੂ ਹੋ ਚੁੱਕਾ ਹੈ। ਬ੍ਰਹਿਰਾਸ ਹੈ ਰੋਂਗ ਕੁਐਸਚਨ। ਪਾਸਿਸ ਟੂ ਟੀਮ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ। ਕੀਰਤਨ ਸੋਹਿਲਾ। ਇਸ ਸੋਹਿਲਾ ਸਾਹਿਬ ਦੀ ਬਾਣੀ ਹੈ, ਇਜ਼ ਅ ਰਾਈਟ ਆਂਸਰ। 5 ਬੋਨਸ ਮਾਰਕਸ ਟੂ ਯੂ ਸੋਹਿਲਾ ਸਾਹਿਬ। ਯਾ, ਤੋ 5 ਬੋਨਸ ਮਾਰਕ ਜਾਂਦੇ ਨੇ ਗੁਰੂ ਤੇਗ ਬਹਾਦੁਰ ਖਾਲਸਾ ਸਕੂਲ ਨੂੰ, ਦੇਵਨਗਰ ਨੂੰ। ਅਗਲਾ ਪ੍ਰਸ਼ਨ ਅਸੀਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ, ਔਰ ਡਾਇਰੈਕਟ ਕੁਐਸਚਨ ਹੈ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ ਵਾਸਤੇ। ਜੇ ਕੋ ਬੁਝੈ ਹੋਵੈ ਸਚਿਆਰ, ਤਬਲੈ ਉੱਪਰ ਕੇਤਾ ਪਹਾੜ, ਧਰਤੀ ਹੋਰ ਪਰੈ ਹੋਰ ਹੋਰ। ਜਪਜੀ ਸਾਹਿਬ। 10 ਫੁੱਲ ਮਾਰਕਸ ਟੂ ਯੂ। ਜਪਜੀ ਸਾਹਿਬ ਦੀ ਬਾਣੀ ਹੈ, ਔਰ ਮੈਨੂੰ ਲੱਗਦਾ ਕਿ ਤੁਸੀਂ ਬਾਣੀ ਕੱਟ ਕੀਤੀ ਹੋਈ ਹੈ, ਨਹੀਂ ਤਾਂ ਬੜਾ ਔਖਾ ਹੈ ਜਵਾਬ ਦੇ ਪਾਉਣਾ। ਸੋ ਬਹੁਤ ਅੱਛਾ ਖੇਲ ਰਹੇ ਹੋ, ਮੈਨੂੰ ਆਸ ਹੈ ਕਿ ਇਸ ਕੰਪੀਟੀਸ਼ਨ ਦੇ ਦੋਨੋਂ ਟੀਮਾਂ ਚੰਗੇ ਮੁਕਾਬਲੇ ਨਾਲ ਅੱਗੇ ਵੱਧ ਰਹੀਆਂ ਨੇ। ਸੋ ਹੁਣ ਆ ਰਿਹਾ ਹੈ ਆਈਡੈਂਟੀਫਾਈ ਦ ਸਿੱਖ ਅਚੀਵਰ। ਇਹ ਡਾਇਰੈਕਟ ਕੁਐਸਚਨ ਆਏਗਾ ਮਾਤਾ ਜੈਕੌਰ ਪਬਲਿਕ ਸਕੂਲ ਵਾਸਤੇ, ਲੇਕਿਨ ਇੱਥੇ ਧਿਆਨ ਦੇਣ ਦੀ ਲੋੜ ਹੈ। ਇਸ ਦੇ ਉੱਤਰ ਦੇਣ ਲੱਗਿਆਂ ਜਿਹੜਾ ਸਿੱਖ ਅਚੀਵਰ ਦੀ ਤੁਸੀਂ ਜਿਨ੍ਹਾਂ ਨੇ ਕਿੱਥੇ ਸ਼ੋਹਰਤ ਹਾਸਲ ਕੀਤੀ ਹੈ ਉਸ ਦਾ ਤੁਹਾਨੂੰ ਚਿੱਤਰ ਦਿਖਾਇਆ ਜਾਏਗਾ, ਔਰ ਚਿੱਤਰ ਦੇਖਣ ਤੋਂ ਬਾਅਦ ਤੁਸੀਂ ਇਹ ਦੱਸਣਾ ਕਿ ਉਹ ਪਰਸਨੈਲਿਟੀ ਕੌਣ ਹੈ। ਲੇਕਿਨ ਇਹਦੇ ਨਾਲ ਨਾਲ ਜੇ ਤੁਸੀਂ ਆਪਣਾ ਜਵਾਬ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਨਾਲ ਕਰੋਗੇ ਤਾਂ ਤੁਹਾਨੂੰ 10 ਬੋਨਸ ਮਾਰਕਸ ਮਿਲਣਗੇ। ਅਗਰ ਆਪ ਜੀ ਦਾ ਉੱਤਰ ਗਲਤ ਹੋਇਆ ਤਾਂ -10 ਹੋ ਜਾਣਗੇ, ਔਰ ਇਹ ਕੁਐਸਚਨ ਜਿਹੜਾ ਪਾਸ ਹੋਣ ਨਹੀਂ ਹੋਏਗਾ। ਸੋਚ ਕੇ ਜਵਾਬ ਦੇਣਾ, ਜੇ ਨਿਸ਼ਚੈ ਕਰ ਆਪਣੀ ਜੀਤ ਕਰੋ ਕਹੇ ਬਗੈਰ ਠੀਕ ਉੱਤਰ ਦਿਓਗੇ ਤਾਂ ਕੇਵਲ 10 ਮਾਰਕਸ ਮਿਲਣਗੇ। ਸੋ ਆਪ ਤਿਆਰ ਹੋ? ਤੋ ਟੀਮ ਨੂੰ, ਮਾਤਾ ਜੈਕੌਰ ਪਬਲਿਕ ਸਕੂਲ ਟੀਮ ਨੂੰ ਸਿੱਖ ਅਚੀਵਰ ਦਾ ਚਿੱਤਰ ਦਿਖਾਇਆ ਜਾਵੇ। ਇਹ ਚਿੱਤਰ ਤੁਹਾਡੇ ਸਾਹਮਣੇ ਹੈ, ਔਰ
ਤੁਸੀਂ ਇਹ ਦੇਖ ਕੇ ਦੱਸਣਾ ਹੈ ਕਿ ਕੌਣ ਹਨ। ਇਹ ਦੋ ਇਹ ਨਿਯਮ ਦੋਨੋਂ ਟੀਮਾਂ ਵਾਸਤੇ ਇੱਕੋ ਜਿਹਾ ਹੈ। ਸਿੱਖੀ ਸਰੂਪ ਦੇ ਅੰਦਰ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਆਪਣੀ ਕਾਬਲੀਅਤ ਨਾਲ ਆਪਣੀ ਜਗ੍ਹਾ ਬਣਾਈ ਹੈ। ਕਦੀ ਲੋਕ ਕਿਹਾ ਕਰਦੇ ਸਨ ਕਿ ਸ਼ਾਇਦ ਕੇਸਾਂ ਨਾਲ ਅਤੇ ਦਸਤਾਰ ਨਾਲ ਅਸੀਂ ਸ਼ੋਹਰਤ ਹਾਸਲ ਨਹੀਂ ਕਰ ਸਕਦੇ। ਨਿਸ਼ਚੈ ਕਰ ਆਪਣੀ ਜੀਤ ਕਰੋ ਸਰਦਾਰ ਸੁਨੀਤ ਸਿੰਘ ਢੋਲੀ। ਐਕਸਲੈਂਟ 20 ਫੁੱਲ ਮਾਰਕਸ ਟੂ ਯੂ। ਪੜ੍ਹਿਆ ਸੀ? ਹਾਂਜੀ। ਬਹੁਤ ਅੱਛਾ ਲੱਗਾ। ਫੁੱਲ 20 ਮਾਰਕਸ ਟੂ ਯੂ, ਮੁਬਾਰਕ ਹੋ। ਇਹ CEO ਨੇ ਡੇਟਾ ਵਿੰਡ ਜਿਹੜੀ ਕੰਪਨੀ ਹੈ ਜਿਹੜੀ ਕਿ ਸਾਨੂੰ ਵੀ ਇਹਨਾਂ ਵਿਦਿਆਰਥੀਆਂ ਨੂੰ ਸਪੋਰਟ ਕਰਦੀ ਹੈ ਅਤੇ ਭਾਗ ਲੈਣ ਵਾਲਿਆਂ ਨੂੰ ਸਪੋਰਟ ਕਰਦੀ ਹੈ ਜਿਹੜੀ ਇਹਨਾਂ ਦੀ ਡਿਜੀਟਲ ਡਿਵਾਈਡ ਹੈ ਉਹਦੇ ਨਾਲ। ਲੇਕਿਨ ਇਹਨਾਂ ਨੇ ਇਸ ਫੀਲਡ ਦੇ ਅੰਦਰ ਜੋ ਮਾਹਰਤ ਹਾਸਲ ਕੀਤੀ ਹੈ ਉਹ ਸਭ ਤੋਂ ਵੱਡੀ ਵਿਸ਼ੇਸ਼ ਗੱਲ ਹੈ। ਸੋ ਅਸੀਂ ਇਹਨਾਂ ਲੋਕਾਂ ਨੂੰ ਸਲਿਊਟ ਕਰਦੇ ਹਾਂ ਕਿ ਜਿਨ੍ਹਾਂ ਨੇ ਸਿੱਖੀ ਸੂਪ ਰੱਖ ਕੇ ਔਰ ਆਪਣੀਆਂ ਕੰਪਨੀਆਂ ਦੀ ਮਹਾਰਤ ਨੂੰ ਦੁਨੀਆ ਦੇ ਵਿੱਚ ਆਪਣੇ ਸਿੱਕੇ ਨੂੰ ਸਥਾਪਿਤ ਕੀਤਾ ਹੈ। ਸੋ ਅਗਲਾ ਡਾਇਰੈਕਟ ਕੁਐਸਚਨ ਆ ਰਿਹਾ ਹੈ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਵਾਸਤੇ। ਐਕਸਪਰਟ ਐਡਵਾਈਸ ਸਮਾਰੋਹ ਕਿਹਾ ਜਾਵੇ। ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ ਨੇ ਐਕਸਪਰਟ ਐਡਵਾਈਸ ਮੰਗੀ ਹੈ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਜੀ ਕਵਲਪ੍ਰੀਤ ਕੌਰ ਜੀ ਜਿਹੜੇ ਕਿ ਪ੍ਰਿੰਸੀਪਲ ਹਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫਤਿਹਨਗਰ ਦੇ, ਉਹ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ। ਮੈਡਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਾਹਮਣੇ ਖਾਲਸਾ ਸਕੂਲ ਜਿਹੜਾ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ ਦੇ ਵਿਦਿਆਰਥੀ ਖੜ੍ਹੇ ਨੇ। ਪ੍ਰਸ਼ਨ ਆਪ ਜੀ ਦੇ ਸਾਹਮਣੇ ਹੈ, ਚਿੱਤਰ ਦਿਖਾਇਆ ਗਿਆ ਸੀ ਔਰ ਇਹ ਉਸ ਚਿੱਤਰ ਨੂੰ ਦੇਖ ਕੇ ਪਹਿਚਾਣ ਨਹੀਂ ਪਾਏ। ਆਪ ਜੀ ਨੂੰ ਬੇਨਤੀ ਹੈ ਕਿ ਇਸ ਟੀਮ ਨੂੰ ਦੱਸ ਕੇ ਕਿਰਪਾਲਤਾ ਕਰੋ ਕਿ ਇਹ ਚਿੱਤਰ ਕਿੰਨਾ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਕੁਐਸਚਨ ਦਾ ਸਹੀ ਉੱਤਰ ਸਰਦਾਰ ਨਰਿੰਦਰ ਸਿੰਘ ਕਪਾਨੀ ਹੈ। ਸਰਦਾਰ ਨਰਿੰਦਰ ਸਿੰਘ ਕਪਾਨੀ ਨੂੰ ਫਾਦਰ ਆਫ ਫਾਈਬਰ ਆਪਟਿਕਸ ਕਿਹਾ ਜਾਂਦਾ ਹੈ ਔਰ ਮੈਂ ਟੀਮ ਨੂੰ ਇਹੀ ਸੁਜੈਸਟ ਕਰ ਸਕਦੀ ਹਾਂ ਵੀ ਤੁਸੀਂ ਨਰਿੰਦਰ ਸਿੰਘ ਕਪਾਨੀ ਨੂੰ ਜਵਾਬ ਦਿਓ। ਸਰਦਾਰਨੀ ਕਮਲਪ੍ਰੀਤ ਕੌਰ ਜੀ ਕਹਿ ਰਹੇ ਨੇ ਇਹ ਚਿੱਤਰ ਹੈ ਸਰਦਾਰ ਨਰਿੰਦਰ ਸਿੰਘ ਜੀ ਕਪਾਨੀ ਤੋਂ, ਕੀ ਆਪ ਉਹਨਾਂ ਦੇ ਨਾਲ ਸਹਿਮਤ ਹੋ? ਹਾਂਜੀ ਸਰ। ਤਾਂ ਮੇਰੇ ਖਿਆਲ ਹੈ ਕਿ ਸਾਡਾ ਸਾਰਿਆਂ ਦਾ ਫਰਜ਼ ਬਣ ਗਿਆ ਕਿ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਤਾਂ ਮੈਡਮ ਕਮਲਪ੍ਰੀਤ ਕੌਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਇਹਨਾਂ ਨੂੰ ਠੀਕ ਉੱਤਰ ਦੇ ਕੇ ਇਸ ਪ੍ਰਤੀਯੋਗਤਾ ਦੇ ਵਿੱਚ ਅੱਗੇ ਬਣਾਇਆ ਔਰ ਇਹਨਾਂ ਨੂੰ 10 ਮਾਰਕਸ ਇਹਦੇ ਮਿਲਣਗੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸਾਡੀ ਟੀਮ ਨਾਲ ਤੁਸੀਂ ਜੁੜਿਓ ਔਰ ਬਹੁਤ ਬਹੁਤ ਆਪਣੀਆਂ ਗੁੱਡ ਵਿਸ਼ਿਜ਼ ਦੇਣੀ ਆ ਕਿ ਦ ਟੀਮ ਸ਼ੁੱਡ ਐਕਸੈਲ ਐਂਡ ਦ ਟੀਮ ਸ਼ੁੱਡ ਵਿਨ ਦ ਕੰਪੀਟੀਸ਼ਨ। ਵਧਾਈ ਦੇਣੀ ਆ ਔਰਗੇਨਾਈਜ਼ਰਸ ਨੂੰ। ਇਹ ਪ੍ਰੋਗਰਾਮ ਸਾਨੂੰ ਸਾਡੀ ਰੂਟਸ ਦੇ ਨਾਲ, ਸਾਡੇ ਕਲਚਰ ਦੇ ਨਾਲ, ਸਾਡੇ ਬਹੁਤ ਅਮੀਰ ਵਿਰਸੇ ਨਾਲ ਜੋੜਦਾ ਹੈ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਮਾਤਾ ਜੈ ਕੌਰ ਪਬਲਿਕ ਸਕੂਲ ਅਸ਼ੋਕ ਵਿਹਾਰ ਔਰ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ ਦੇ ਵਿਦਿਆਰਥੀਆਂ ਨੇ ਇੱਕ ਕੜਾ ਮੁਕਾਬਲਾ ਇਸ ਪ੍ਰਤੀਯੋਗਤਾ ਦੇ ਵਿਚਕਾਰ ਕੀਤਾ। ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵਨਗਰ ਦੇ ਵਿਦਿਆਰਥੀ 57 ਯਾਨੀ 57 ਮਾਰਕਸ ਦੇ ਨਾਲ ਇਸ ਪ੍ਰਤੀਯੋਗਤਾ ਵਿੱਚ ਨੇ। ਕੋਸ਼ਿਸ਼ ਬਹੁਤ ਕੀਤੀ, ਅੱਛੀ ਕੀਤੀ, ਤੁਹਾਡੀ ਮੈਂ ਤਾਰੀਫ ਕਰ ਰਿਹਾ। ਔਰ ਮਾਤਾ ਜੈ ਕੌਰ ਪਬਲਿਕ ਸਕੂਲ ਦੇ ਵਿਦਿਆਰਥੀ 61 ਯਾਨੀ 61 ਮਾਰਕਸ ਦੇ ਨਾਲ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕਰ ਰਹੇ। ਮੁਬਾਰਕ ਦੋਨਾਂ ਟੀਮਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ। ਮੈਂ ਬੇਨਤੀ ਕਰ ਰਿਹਾ ਹਾਂ ਸਰਦਾਰ ਬਲਤੇਜ ਸਿੰਘ ਜੀ ਅਤੇ ਸਰ ਤਰਨਪ੍ਰੀਤ ਸਿੰਘ ਜੀ ਜਿਹੜੇ ਕਿ ਸਾਡੀ ਟੀਮ ਦਾ ਵੀ ਹਿੱਸਾ ਨੇ ਔਰ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਸੇਵਾ ਵੀ ਕਰ ਰਹੇ ਨੇ, ਔਰ ਮੈਂ ਆਪਣੇ ਵੀਰ ਕੋ ਐਂਕਰ
ਸਰ ਰਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨਾਲ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਰਿਕੁਐਸਟ ਕਰਦੇ ਹਾਂ ਸਰਦਾਰ ਬਲਤੇਜ ਸਿੰਘ ਜੀ ਨੂੰ ਕਿ ਉਹ ਜਿਹੜੀ ਟੀਮ ਕੁਆਟਰ ਫਾਈਨਲ ਵਿੱਚ ਪ੍ਰੋਸੀਡ ਕੀਤੀ ਹੈ ਮਾਤਾ ਜੈਕੋਰ ਪਬਲਿਕ ਸਕੂਲ ਤੋਂ, ਉਹਨੂੰ ਗਿਫਟ ਟੈਂਪਰ ਆਪਣੇ ਹੱਥਾਂ ਨਾਲ ਦੇਵਾਂ। ਗਿਫਟ ਟੈਂਪਰ ਸਿਮਕੋ ਗਰੁੱਪ ਵੱਲੋਂ, ਡਾਟਾ ਵਿੰਡ ਵੱਲੋਂ ਯੂ ਬੀ ਸਲੇਟ ਟੈਬਲੇਟ, ਔਰ ਕੈਸ਼ ਪ੍ਰਾਈਸ ਵੇਵ ਗਰੁੱਪ। ਮੈਂ ਸਰਦਾਰ ਤਰਨਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਜਿਹੜੀ ਟੀਮ ਅੱਜ ਸਾਡੇ ਕੋਲੋਂ ਇੱਥੇ ਵਿਦਾਇਗੀ ਲੈ ਰਹੀ ਹੈ, ਉਹਨੂੰ ਇਹ ਗਿਫਟ ਟੈਂਪਰ ਸਿਮਕੋ ਵੱਲੋਂ ਔਰ ਕੈਸ਼ ਪ੍ਰਾਈਜ ਵੇਵ ਵੱਲੋਂ ਦੇ ਜੀ। ਥੈਂਕ ਯੂ। ਥੈਂਕ ਯੂ ਸਰਦਾਰ ਬਲਤੇਜ ਸਿੰਘ ਜੀ, ਸਰਦਾਰ ਤਰਨਪ੍ਰੀਤ ਸਿੰਘ। ਜਿਸ ਤਰ੍ਹਾਂ ਕਿ ਦਰਸ਼ਕਾਂ ਨੇ ਦੇਖਿਆ ਕਿ ਮਾਤਾ ਜੈਕ ਔਰ ਪਬਲਿਕ ਸਕੂਲ ਔਰ ਗੁਰਤੇਗ ਬਹਾਦੁਰ ਖਾਲਸਾ ਸਕੂਲ ਦੇਵਨਗਰ ਦੇ ਬੜਾ ਹੀ ਕਰੜਾ ਜਿਹਾ ਕੰਪੀਟੀਸ਼ਨ ਸੀ, ਔਰ ਉਹਦੇ ਵਿਚਕਾਰ ਮਾਤਾ ਜੈਕ ਔਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਅੱਜ ਦਾ ਐਪੀਸੋਡ ਅਸੀਂ ਇੱਥੇ ਸਮਾਪਤ ਕਰਨ ਜਾ ਰਹੇ ਹਾਂ, ਔਰ ਬ੍ਰੇਕ ਦੇ ਵਿਚਕਾਰ ਜਿਹੜਾ ਪ੍ਰਸ਼ਨ ਆਪ ਜੀ ਨੂੰ ਪੁੱਛਿਆ ਗਿਆ ਸੀ, ਕਿਰਪਾ ਕਰਕੇ ਉਸ ਦੇ ਜਵਾਬ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰੋ। ਆਪਣੇ ਸੁਝਾਅ ਸਾਨੂੰ ਭੇਜੋ ਤਾਂ ਕਿ ਅਸੀਂ ਇਹ ਪ੍ਰੋਗਰਾਮ ਨੂੰ ਹੋਰ ਬਿਹਤਰ ਕਰ ਸਕੀਏ। ਅਗਲੇ ਹਫ਼ਤੇ ਫਿਰ ਮਿਲਾਂਗੇ ਨਵੇਂ ਪ੍ਰਸ਼ਨਾਂ ਦੇ ਨਾਲ, ਨਵੇਂ ਪ੍ਰਤੀਯੋਗੀਆਂ ਦੇ ਨਾਲ। ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਅਗਲੇ ਹਫ਼ਤੇ ਇਸੇ ਚੈਨਲ 'ਤੇ। ਅੱਜ ਦਿਓ ਇਜਾਜ਼ਤ, ਫਿਰ ਮਿਲਾਂਗੇ ਇਸੇ ਚੈਨਲ 'ਤੇ ਆਓ ਬਣੀਏ ਗੁਰਸਿੱਖ ਪਿਆਰਾ ਦੇ ਅਗਲੇ ਐਪੀਸੋਡ 'ਤੇ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ, ਸਿੱਖੀ ਦਾ ਇਤਿਹਾਸ ਸੁਨਹਿਰਾ, ਸਿੱਖੀ ਦਾ ਇਤਿਹਾਸ ਸੁਨਹਿਰਾ, ਗੁਰਸਿੱਖ ਪਿਆਰਾ, ਆਓ ਬਣੀਏ।